ਹਾਂਜੀ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਤੇ ਵੈਲਕਮ ਬੈਕ ਟੂ ਮੰਜਨ ਬਲੌਗਸ ਤੇ ਅੱਜ ਦੀ ਵੀਡੀਓ ਸਾਰੇ ਜਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਹੋਣ ਵਾਲੀ ਹੈ ਚਾਹੇ ਉਹ ਪੀਆਰ ਕੈਂਡੀਡੇਟ ਹੋਣ ਚਾਹੇ ਉਹ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਵਾਲੇ ਹੋਣ ਤੇ ਚਾਹੇ ਉਹ ਸਟੂਡੈਂਟ ਜਿਹੜੇ ਕਿ ਕੈਨੇਡਾ ਦੇ ਵਿੱਚ ਨੇ ਉਹ ਹੁਣ ਉਹਨਾਂ ਲਈ ਅੱਜ ਸਾਰਿਆਂ ਲਈ ਇੱਕ ਇਨਫੋਰਮੇਸ਼ਨ ਲੈ ਗਿਆ ਜਿੱਦਾਂ ਕਿ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਬਹੁਤ ਕੁਝ ਚੇਂਜਸ ਹੋਣਗੀਆਂ ਬਹੁਤ ਹੀ ਜਲਦੀ ਜਲਦੀ ਤੁਹਾਡਾ ਕੰਮ ਨਿਬੜੂਗਾ ਤੇ ਬਹੁਤ ਜਲਦੀ ਤੁਹਾਨੂੰ ਪੀਆਰ ਮਿਲਣ ਦੇ ਅਸਾਰ ਜਾਂ ਜਿੱਦਾਂ ਵੀ ਤੁਹਾਡਾ ਕੋਈ ਕੰਮ ਆ ਪੈਂਡਿੰਗ ਆ ਜਿਨ੍ਹਾਂ ਦੀ ਫਾਈਲਸ ਜਾਂ ਜਿਹੜੇ ਸਪਾਉਸ ਸੁਪਰਵਾਈਜ਼ਰ ਵਾਲੇ ਜਿੰਨੇ ਵੀ ਉਹਨਾਂ ਦੀ ਫਾਈਲਾਂ ਪੈਂਡਿੰਗ ਨੇ ਉਹਨਾਂ ਦਾ ਬਹੁਤ ਛੇਤੀ ਨਿਪਟਾਰ ਹੋਊਗਾ ਸੋ ਉਹਨਾਂ ਵਾਸਤੇ ਅੱਜ ਗੱਲ ਕਰਦੇ ਹਾਂ ਕੁਝ ਪੁਆਇੰਟ ਮੈਂ ਲਿਖੇ ਨੇ ਆਪਣੇ ਕਾਪੀ ਤੇ ਤੇ ਇੱਕ ਟਾਸਕ ਪ੍ਰੋਗਰਾਮ ਸ਼ੁਰੂ ਕਰ ਫੋਰ ਐਗਜ਼ਾਮਪਲ ਇਕ ਮੰਨ ਲਓ ਇਕ ਜਸਟਨ ਟ੍ਰੂਡੋ ਜੀ ਨੇ ਪ੍ਰਾਈਮ ਮਿਨਿਸਟਰ ਨੇ ਇਮੀਗ੍ਰੇਸ਼ਨ ਮੰਤਰੀ ਸ਼ੇਨ ਫਰੇਜ਼ਰ ਜੀ ਨੂੰ ਇੱਕ ਟਾਸਕ ਦਿੱਤਾ ਹੈ ਵੀ ਜਿੰਨੇ ਵੀ ਐਕਸਪ੍ਰੈਸ ਐਂਟਰੀ ਵਾਲੇ ਜਾਂ ਜਿੰਨੇ ਵੀ ਫੈਮਿਲੀ ਬਾਰੇ ਕਿਉਂਕਿ ਲਾਸਟ ਇੱਕ ਪਾਰਲੀਮੈਂਟ ਦੇ ਵਿੱਚ ਇੱਕ ਬਹਿਸ ਹੋਈ ਸੀ ਜਿੱਥੇ ਜਸਰਾ ਸਿੰਘ ਹੱਲਣ ਨੇ ਬੈਕਲੌਗ ਦੀ ਗੱਲ ਕੀਤੀ ਸੀ ਜਿਹੜਾ 18 ਮਿਲੀਅਨ ਬੈਕਲੌਗ ਆ ਤੇ ਜਿਹੜੇ ਜਿਵੇਂ ਕਿ ਫੈਮਿਲੀ ਕਲਾਸਿਸ ਦੇ ਹੋਗੇ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਸ ਐਫ ਡਬਲਯੂ ਡੀ ਵਾਲੇ ਹੋਗੇ ਜੋ ਜਿੰਨੇ ਵੀ ਨੇ ਐਸ ਡਬਲਯੂ ਐਸ ਜਿੰਨੇ ਵੀ ਨੇ ਜਿਹੜੇ ਵੀ ਕੈਟਾਗਰੀ ਵਾਲੇ ਨੇ ਉਹ ਸਾਰਿਆਂ ਦੀ ਗੱਲ ਕਰੀ ਸੀ ਤੇ ਉਸ ਟਾਈਮ ਬੜਾ ਮਤਲਬ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਤੁਸੀਂ ਆਪਣਾ ਟਾਰਗੇਟ ਪੂਰਾ ਕਰਨ ਬਟ ਜਸਟਨ ਟੂਡ ਨੇ ਹੁਣ ਇਹ ਗੱਲ ਕਹਿ ਦਿੱਤੀ ਆ ਇਮੀਗ੍ਰੇਸ਼ਨ ਮੰਤਰੀ ਨੇ ਵੀ ਇਹ ਜਿੰਨਾ ਵੀ ਛੇਤੀ ਤੋਂ ਛੇਤੀ ਟਾਸਕ ਕਾਡ ਇੱਕ ਦਿੱਤਾ ਹੈ ਵੀ ਜਿੰਨੇ ਵੀ ਐਕਸਪ੍ਰੈਸ ਐਂਟਰੀ ਦੇ ਵਿੱਚ ਸਕਿੱਲ ਵਰਕਰ ਹੋਗੇ ਸਕਿੱਲ ਲੇਬਰ ਵਾਲੇ ਹੋਗੇ ਉਹਨਾਂ ਨੂੰ ਵਧਾਓ ਉਹਨਾਂ ਲਈ ਵੱਧ ਤੋਂ ਵੱਧ ਜਿੰਨੀ ਛੇਤੀ ਛੇਤੀ ਹੋ ਸਕਦਾ ਵੀ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਵਿੱਚ ਕੀਤਾ ਜਾਵੇ ਪੀਆਰ ਕੀਤਾ ਜਾਵੇ ਉਹਨਾਂ ਨੂੰ ਵੱਧ ਤੋਂ ਵੱਧ ਤੇ ਇਸ ਤੋਂ ਇਲਾਵਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਇਹਨਾਂ ਲਈ ਜਿੰਨਾ ਛੇਤੀ ਹੋ ਸਕਦਾ ਇੱਕ ਪ੍ਰੋਗਰਾਮ ਲੈ ਕੇ ਅੰਦਰ ਜਾਵੇ ਲਾਸਟ ਟਾਈਮ ਆਪਾਂ ਦੇਖਿਆ ਸੀਗਾ ਵੀ ਜਿਹੜਾ ਕਿ ਇਹਨਾਂ ਦਾ ਇੱਕ ਸਕੋਰ ਸੀਗਾ 75 ਰਹਿ ਗਿਆ ਸੀ ਜਿੱਤੇ ਚ 27000 ਦਾ ਡਰਾਅ ਨਿਕਲਿਆ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਡਰਾਅ ਕੱਢਿਆ ਸੀਗਾ ਜਾਂ ਇੱਕ ਹੋਰ ਪ੍ਰੋਗਰਾਮ ਕੱਢਿਆ ਸੀਗਾ ਟੀਆ ਟੂ ਪੀਆਰ ਪਾਥਵੇ ਪ੍ਰੋਗਰਾਮ ਜਿੱਥੇ 90000 ਨੂੰ ਪੀਆਰ ਦੇਣੀ ਸੀ ਜੋ ਕਿ ਹਲੇ ਤਕਰੀਬਨ ਆ 1/3 ਮਿਲ ਚੁੱਕੀ ਹੈ ਪੀਆਰ ਸਾਰਿਆਂ ਨੂੰ ਤੇ ਇਸ ਤੋਂ ਬਾਅਦ ਇੱਕ ਉਹਨਾਂ ਨੇ ਫੋਰਨ ਵਰਕਰ ਟੈਂਪਰੇਰੀ ਵਾਸਤੇ ਵੀ ਕਿਹਾ ਸੀਗਾ ਵੀ ਜਿੰਨਾ ਛੇਤੀ ਹੋ ਸਕਦਾ ਇਹਨਾਂ ਨੂੰ ਸੀਸੀ ਕਲਾਸ ਤੋਂ ਵੱਧ ਤੋਂ ਵੱਧ ਡਰਾਅ ਨੂੰ ਵਧਾਓ ਇਨਕਰੀਜ਼ ਕੀਤਾ ਜਾਵੇ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਜਿਹੜਾ ਸਭ ਤੋਂ ਮੇਨ ਮੁੱਦਾ ਚੱਲ ਰਿਹਾ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹਰ ਇੱਕ ਟਵੀਟ ਤੇ ਹਰ ਇੱਕ ਚੀਜ਼ ਤੇ ਜਿੱਥੇ ਵੀ ਕਿਤੇ ਵੀ ਮਿਲਦਾ ਤਾਂ ਉਹਦਾ ਹਰ ਇੱਕ ਗੱਲ ਹੁੰਦੀ ਹੈ ਫੈਮਿਲੀ ਕਲਾਸਿਸ ਦੇ ਲੈ ਕੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੇ ਨੇ ਇੱਕ ਸਪਾਊਸ ਓਪਨ ਵਰਕ ਪਰਮਟ ਵਾਲੇ ਜਿਨ੍ਹਾਂ ਦਾ ਰਿਜ਼ਲਟ ਬਹੁਤ ਹੀ ਘੱਟ ਮਾਤਰਾ ਚ ਆ ਰਿਹਾ ਤੇ ਉਹਨਾਂ ਬਾਰੇ ਵੀ ਅੱਜ ਗੱਲ ਕੀਤੀ ਹੈ ਤੇ ਉਹਨਾਂ ਬਾਰੇ ਵੀ ਇਮੀਗ੍ਰੇਸ਼ਨ ਮੰਤਰੀ ਨੂੰ ਇਹ ਲਿਖਿਆ ਵੀ ਇਹਨਾਂ ਦਾ ਕੰਮ ਹੈ ਜਿਹੜਾ ਬਹੁਤ ਛੇਤੀ ਤੇ ਤੇਜ਼ੀ ਨਾਲ ਕੀਤਾ ਜਾਵੇ ਤਾਂ ਜੋ ਜਿੰਨੀ ਵੀ ਫੈਮਿਲੀਜ਼ ਇੱਕ ਦੂਸਰੇ ਤੋਂ ਦੂਰ ਨੇ ਉਸ ਫੈਮਿਲੀਜ਼ ਇੱਕ ਦੂਸਰੇ ਦੇ ਨਾਲ ਮਿਲਣ ਤੇ ਇਕੱਠੀਆਂ ਹੋਣ ਰੀਯੂਨਾਈਟ ਹੋਣ ਤਾਂ ਜੋ ਇਹ ਆਪਣੀ ਫੈਮਿਲੀਜ਼ ਇਕੱਠੇ ਹੋ ਕੇ ਆਪਣਾ ਇਨ ਫਿਊਚਰ ਆਪਣਾ ਕੰਮ ਕਰਦੇ ਰਹਿਣ ਸੋ ਇਹੀ ਗੱਲ ਉਹਨਾਂ ਨੇ ਕਹੀ ਹੈ ਵੀ ਜਿੰਨਾ ਕੰਮ ਡਿਲੇ ਹੈ ਉਹ ਸਾਰੇ ਨੂੰ ਪ੍ਰੋਪਰ ਪੂਰਾ ਕੰਪਲੀਟ ਜਲਦੀ ਤੋਂ ਜਲਦੀ ਐਸ ਸੂਨ ਐਸ ਪੋਸੀਬਲ ਕੀਤਾ ਜਾਵੇ ਇਹ ਕਮ ਖੁਦ ਜਸਟਿਨ ਟਰੂਡੋ ਜੀ ਨੇ ਟਾਸਕ ਦਿੱਤਾ ਹੈ ਸ਼ੇਨ ਫ੍ਰੀਜ਼ਰ ਜਿਹੜੇ ਕਿ ਇਮੀਗ੍ਰੇਸ਼ਨ ਮੰਤਰੀ ਸੋ ਅੱਜ ਦੀ ਵੀਡੀਓ ਇਹੀ ਤੁਹਾਡੇ ਸਾਰੇ ਵਾਸਤੇ ਦੱਸਣਾ ਲਿਗਾ ਵੀ ਇਹ ਕੁਝ ਅਪਡੇਟ ਮੈਨੂੰ ਪਤਾ ਲੱਗੀ ਹੈ ਵੀ ਹਾਂ ਆਉਣੇ ਵਾਲੇ ਨਵੇਂ ਸਾਲ ਤੇ ਤੁਹਾਨੂੰ ਜਿੰਨੇ ਵੀ ਕੈਨੇਡਾ ਸਪਾਊਸ ਓਪਨ ਵਰਕ ਪਰਮਿਟ ਜਿੰਨੇ ਮੇਰੇ ਵੀਜ਼ ਨੇ ਤੇ ਬਾਕੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਦੀ ਪੀਆਰ ਜਾਂ ਜਿਨ੍ਹਾਂ ਦੀ ਇੰਡੀਆ ਦੇ ਵਿੱਚ ਪੀਆਰ ਲੱਗੀ ਹੋਈ ਆ ਵੀ ਹਾਲੇ ਤੱਕ ਪੀਆਰ ਆਈ ਨਹੀਂ ਸੋ ਰੈਡੀ ਰਹਿਣ ਹੁਣ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਜਲਦ ਵੀਜ਼ਾ ਆਊਗਾ ਮੈਂ ਪ੍ਰੇ ਕਰਨਾ ਠੀਕ ਹੈ ਜੀ ਤੇ ਤੇ ਕਿਸੇ ਨੂੰ ਨਹੀਂ ਕੁਝ ਪਤਾ ਲੱਗਦਾ ਤਾਂ ਮੇਰਾ ਇੰਸਟਾਗ੍ਰam ਤੇ ਆਈਡੀ ਤੇ ਮੈਨੂੰ ਫੋਲੋ ਕਰ ਲਓ ਅਮਨਪ੍ਰੀਤ So, then, bills, then, then, like a M so, A N A M A N P R D B L E T A M A N P R I T 7 3 3 1 ਤੇ ਮੈਨੂੰ ਮੈਸੇਜ ਕਰ ਦਿਓ ਉੱਤੇ ਮੈਂ ਤੁਹਾਨੂੰ ਆਪਣੇ ਨਾਲ ਡੀਟੇਲ ਨਾਲ ਗੱਲਬਾਤ ਕਰ ਲਾਂਗੇ ਬਹੁਤ ਪ੍ਰੋਪਰ ਤੇ ਬਾਕੀ ਬ੍ਰਦਰ ਜੀ ਚੈਨਲ ਨੇ ਤੇ ਵੀਡੀਓਜ਼ ਵਧੀਆ ਲੱਗਦੀਆਂ ਇਨਫੋਰਮੇਸ਼ਨ ਲੱਗ ਇਨਫੋਰਮੇਟਿਵ ਲੱਗਦੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ YouTube ਦਾ ਇੱਕ ਫੈਮਿਲੀ ਮੈਂਬਰ ਬਣ ਜਿਓ ਇਦਾਂ ਹੀ ਤੁਹਾਡੇ ਸਾਰੇ ਵਾਸਤੇ ਇੱਕ ਨਵੀਂ ਤੋਂ ਨਵੀਂ ਅਪਡੇਟ ਤੇ ਕੈਨੇਡਾ ਸਪਾਊਸ ਓਪਨ ਪਰਮੈਂਟ ਹੋ ਗਿਆ ਜਾਂ ਕੋਈ ਵੀ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਕਿਸੇ ਵੀ ਵੀਜ਼ਾ ਕੈਟਾਗਰੀ ਵਾਸਤੇ ਹੋਵੇ ਉਹਦੇ ਵਾਸਤੇ ਅਸੀਂ ਗੱਲ ਕਰਦੇ ਰਹਿੰਦੇ ਆ ਤੇ ਅਸੀਂ ਹੋਪ ਕਰਦੇ ਆ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਬਾਕੀ ਤੁਸੀਂ ਵੀ ਸਾਨੂੰ ਮੋਟੀਵੇਟ ਕਰ ਰਹੇ ਹੋ ਇੰਨਾ ਵਧੀਆ ਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ ਤੁਸੀਂ ਸਾਰੇ ਭਰਾ ਜਿੰਨੇ ਵੀ ਮੇਰੀਆਂ ਭੈਣਾਂ ਚਾਹੇ ਉਹ ਇੰਡੀਆ ਚ ਨੇ ਜਾਂ ਬਾਹਰੋਂ ਵੀ ਸਾਨੂੰ ਬਹੁਤ ਫੋਨ ਆਉਂਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੰਨਾ ਸਪੋਰਟ ਕਰ ਰਹੇ ਹੋ ਠੀਕ ਹੈ ਜੀ ਮੈਂ ਵੀ ਪੂਰੀ ਕੋਸ਼ਿਸ਼ ਕਰਦਾ ਆਪਣੇ ਵੱਲੋਂ ਜਿੰਨਾ ਹੋ ਸਕਦਾ ਕਰੀ ਜਾਈਏ ਤੁਹਾਡੇ ਲਈ ਤੇ ਮਿਲਦੇ ਆ ਜੀ ਹੁਣ ਨੈਕਸਟ ਵੀਡੀਓ ਦੇ ਵਿੱਚ ਟੇਕ ਕੇਅਰ ਬਾਏ ਬਾਏ